ਸਤਿ ਸ਼੍ਰੀ ਅਕਾਲ ਦੋਸਤੋ, ਇਹ ਹਨ ਸਿੱਖ ਅਥਲੀਟ ਏਸ਼ੀਅਨ ਗੋਲਡ ਮੈਡਲਿਸਟ ਸਰਦਾਰ ਹਾਕਮ ਸਿੰਘ ਪੱਠਲ, ਪਿੰਡ ਪੱਠਲਾਂ, ਜ਼ਿਲ੍ਹਾ ਬਰਨਾਲਾ, ਜੋ ਕਿ 1972 ਤੋਂ 1987 ਤੱਕ ਭਾਰਤੀ ਫੌਜ ਦੇ ਵਿੱਚ ਰਹੇ ਅਤੇ ਰਿਟਾਇਰ ਹੋਣ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਬਤੌਰ ਕੋਚ ਰਹੇ, ਜਿਨ੍ਹਾਂ ਨੂੰ 2008 ਦੇ ਵਿੱਚ ਧਿਆਨ ਚੰਦ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ। ਸੋ ਇਹ ਮਹਾਨ ਅਥਲੀਟ ਅੱਜ ਲੀਵਰ ਦੀ ਬਿਮਾਰੀ ਕਾਰਨ ਸਿਵੀਆ ਹੋਸਪਿਟਲ ਸੰਗਰੂਰ ਦੇ ਵਿੱਚ ਜੇਰੇ ਇਲਾਜ ਹਨ ਅਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਆਓ ਆਪਾਂ ਇਹਨਾਂ ਦੀ ਸਿਹਤ ਯਾਬੀ ਦੇ ਲਈ, ਚੜ੍ਹਦੀ ਕਲਾ ਦੇ ਲਈ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰੀਏ।